15-15 ਸਾਲ ਦਾ ਉਹ ਸਮਾਂ ਜਦੋਂ ਪਤੀ ਪਤਨੀ ਇੱਕੋ ਘਰ ਦੇ ਵਿੱਚ ਸਭ ਕੁਝ ਸਾਂਝਾ ਕਰਦੇ ਹੋਏ ਇਕੱਠੇ ਰਹਿ ਰਹੇ ਹੁੰਦੇ ਨੇ, ਪਰ ਫਿਰ ਵੀ ਉਹ ਇੱਕ ਦੂਸਰੇ ਨੂੰ ਨਾ ਤਾਂ ਸਮਝ ਪਾਉਂਦੇ ਨੇ ਅਤੇ ਨਾ ਹੀ ਜਿਉਣ ਜੋਗੀ ਥਾਂ ਦੇ ਸਕਦੇ ਨੇ। ਇੱਕ ਪਤੀ ਦੇ ਵੱਲੋਂ ਆਪਣੀ ਪਤਨੀ ਨੂੰ ਮਾਰਿਆ ਗਿਆ ਅਤੇ ਉਸ ਤੋਂ ਬਾਅਦ ਆਪਣੇ ਪੁੱਤ ਨੂੰ ਵੀ ਉਸਨੇ ਨਹੀਂ ਬਖਸ਼ਿਆ। ਇਸ ਮੌਕੇ 'ਤੇ ਕੁੜੀ ਦੇ ਭਰਾ ਦੇ ਵੱਲੋਂ ਰੋਂਦੇ ਕੁਰਲਾਉਂਦੇ ਦੱਸਿਆ ਗਿਆ ਕਿ ਕਿੰਝ ਉਸਦਾ ਜੀਜਾ ਘਰ ਦੇ ਵਿੱਚ ਅਕਸਰ ਹੀ ਕਲੇਸ਼ ਰੱਖਦਾ ਸੀ, ਨਾ ਤਾਂ ਕੋਈ ਕੰਮ ਕਾਰ ਕਰਦਾ ਸੀ ਅਤੇ ਨਾ ਹੀ ਉਸਦੀ ਭੈਣ ਨੂੰ ਜੀਣ ਹੀ ਦਿੰਦਾ ਸੀ। ਗਵਾਂਢੀ ਵੀ ਦੱਸਦੇ ਨੇ ਕਿ ਅਕਸਰ ਹੀ ਘਰ ਦੇ ਵਿੱਚੋਂ ਲੜਾਈ ਦੀਆਂ ਆਵਾਜ਼ਾਂ ਹੁੰਦੀਆਂ ਸਨ। ਬੀਤੇ ਦਿਨ ਵੀ ਜਦੋਂ ਸਵੇਰੇ ਤੜਕਸਾਰ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਭੱਜ ਕੇ ਇਸ ਘਰ ਦੇ ਵੱਲ ਪਹੁੰਚਦੇ ਨੇ ਤਾਂ ਦੇਖਦੇ ਨੇ ਕਿ ਲਹੂ ਲੁਹਾਨ ਉਸਦੀ ਪਤਨੀ ਪਈ ਸੀ ਅਤੇ ਪਤੀ ਨੇ ਜੋ ਕੁਝ ਆਪਣੇ ਨਾਲ ਕੀਤਾ ਉਹ ਸੁਣ ਕੇ ਰੂਹ ਕੰਬ ਜਾਵੇਗੀ। ਮੇਰਾ ਨਾਮ ਵਿਨੋਦ ਕੁਮਾਰ ਜੀ। ਕੀ ਮਸਲਾ ਸਰ? ਮੈਨੂੰ ਇਹਨਾਂ ਦੇ ਮੈਟਰ ਦਾ ਤਾਂ ਕੋਈ ਪਤਾ ਨਹੀਂ, ਘਰਾਂ ਦੇ ਕਈ ਮੈਟਰ ਹੁੰਦੇ ਕੀ ਆ। ਬਾਕੀ ਸਵੇਰੇ ਜਿਹੜਾ 3 ਵਜੇ ਸਾਨੂੰ ਮਤਲਬ ਆਵਾਜ਼ ਆਈ ਚੀਕਾਂ ਦੀ, ਅਤੇ ਮੇਰਾ ਬੇਟਾ ਉੱਠਿਆ, ਮੇਰੇ ਮਿਸੀ ਪਹਿਲਾਂ ਉੱਠਿਆ। ਇਹਨਾਂ ਜਾ ਕੇ ਵੇਖਿਆ ਅਤੇ ਉਹ ਛੁਰੀ ਉਹਦੇ ਹੱਥ 'ਚ ਆ, ਉਹਦੀ ਮਿਸੀ ਦੇ ਬਲੱਡ ਆ ਰਿਹਾ ਵਾ, ਅਤੇ ਮੇਰੇ ਬੇਟੇ ਨੇ ਜਾ ਕੇ ਅਤੇ ਛੁਰੀ ਖੋਣ ਦੀ ਕੋਸ਼ਿਸ਼ ਕੀਤੀ, ਉਹ ਛੱਡਦਾ ਨਹੀਂ ਪਿਆ, ਲੇਕਿਨ ਜ਼ਬਰਦਸਤੀ ਛਡਾਈ ਉਹਦੇ ਕੋਲ। ਬਾਅਦ 'ਚ ਛਡਾ ਕੇ ਅਤੇ ਮੇਰੀ ਮਸ਼ੀਨ ਨੇ ਛੁਰੀ ਸੁੱਟ ਦਿੱਤੀ ਆ, ਅਤੇ ਉਹਨੂੰ ਫਿਰ ਆਹ ਲੱਗ ਗਏ ਆਪਣਾ ਜੱਜ ਭਾਈ ਪ੍ਰਧਾਨ ਹੈ ਜੋ ਵੀ ਆ, ਉਹਨਾਂ ਨੂੰ ਬੁਲਾਇਆ ਅਤੇ ਫਿਰ ਆਪਾਂ ਹਸਪਤਾਲ ਲੈ ਕੇ ਗਏ ਉਹਨਾਂ ਨੂੰ। ਹਸਪਤਾਲ 'ਚ ਉਹਨਾਂ ਦਾ ਮਤਲਬ ਉਹਨਾਂ ਨੂੰ ਕਰਾ ਕੇ ਐਡਮਿਟ, ਉੱਥੋਂ ਜਦੋਂ ਵਾਪਸੀ 'ਚ ਆਇਆ ਮੈਂ 7 ਵਜੇ ਦੇ ਕਰੀਬ, ਧੂੰਆਂ ਬਹੁਤ ਨਿਕਲਦਾ। ਦੂਜੇ ਕਿਰਾਏ 'ਤੇ ਰਹਿੰਦੇ ਸੀ? ਇਹ ਵੀ ਰੈਂਟ 'ਤੇ ਆ ਜੀ। ਤੁਹਾਡਾ ਮਕਾਨ ਹੈ? ਨਹੀਂ ਸਰ, ਅਸੀਂ ਵੀ ਰੈਂਟ 'ਤੇ ਹਾਂ। ਤੁਸੀਂ ਵੀ ਕਿਰਾਏ 'ਤੇ? ਇਹ ਮੇਰੇ ਕੋਲ ਆ, ਇਹ ਮੇਰੇ ਬੇਟੇ ਕੋਲ ਆ। ਠੀਕ ਹੈ ਜੀ। ਇਹ ਦੋ ਇਹਨਾਂ ਦੇ? ਦੋ ਕਮਰੇ ਉਹਨਾਂ ਕੋਲ? ਹਾਂ, ਉਹਨਾਂ ਦੀ। ਮੀਆਂ ਬੀਬੀ ਰਹਿੰਦੇ ਸੀ? ਇਹ ਮੀਆਂ ਬੀਬੀ ਨਾਲ ਬੱਚਾ ਨਾਲ। ਬੱਚਾ ਨਾਲ? ਹਾਂ, ਉਹਨੂੰ ਵੀ ਮਾਰੀ ਛੁਰੀ ਵੱਜੀ ਹੈ। ਬੱਚੇ ਨੂੰ ਵੀ? ਹਾਂ, ਉਹਦਾ ਇੱਥੋਂ ਆਇਆ। ਆਪਦੇ ਪਿਓ ਨੇ? ਹਾਂ, ਪਿਓ ਨੇ ਮਾਰਿਆ। ਕੀ ਨਾਮ ਸੀ ਜਿੰਨੇ ਆ? ਕੀ ਨਾਮ ਸੀ? ਨਾਂ ਕੀ ਸੀ ਉਹਨਾਂ ਦਾ? ਅਨਿਲ ਕੁਮਾਰ। ਅਨਿਲ ਕੁਮਾਰ? ਹਾਂਜੀ। ਅਤੇ ਉਹ ਬੱਚਾ ਠੀਕ ਆ? ਬੱਚਾ ਬੱਚਾ ਠੀਕ ਆ, ਅਤੇ ਬਾਕੀ ਇਹਦੇ ਜਿਹੜੀ ਮੈਸੇਜ ਆ ਉਹਦੀ ਹਾਲਤ ਖਰਾਬ ਆ। ਉਹਦੀ ਹਾਲਤ? ਉਹਦੀ ਸਾਹ ਰਗ 'ਤੇ ਵੀ ਬੰਦੀ ਆ। ਹਾਂ, ਅਤੇ ਪੇਟ 'ਚ ਵੀ ਹੈਗੀਆਂ ਨੇ ਛੁਰੀਆਂ। ਅਤੇ ਕਾਰਨ ਕੀ ਸੀ ਇਹਨਾਂ ਦੀ ਲੜਾਈ ਦਾ? ਕਿਉਂ ਲੜਦੇ ਸੀ? ਸਰ, ਕਾਰਨ ਤਾਂ ਤੇ ਤੁਹਾਨੂੰ ਪਤਾ, ਘਰਾਂ ਦੇ ਮੈਟਰ 'ਚ ਜ਼ਿਆਦਾ ਤੁਹਾਨੂੰ ਪਤਾ ਇੰਟਰਫੇਅਰ ਨਹੀਂ ਕੀਤਾ ਜਾਂਦਾ, ਬਾਕੀ ਲੜਾਈ ਝਗੜਾ ਹੁੰਦਾ ਰਹਿੰਦਾ ਸੀਗਾ। ਬਾਕੀ ਇੰਨਾ ਨਹੀਂ ਸੀ ਅਸੀਂ ਕਦੀ ਸੋਚਿਆ ਵੀ ਕੰਮ ਕਰ ਕੋਈ ਕਰਦਾ ਸੀ? ਨਾ ਨਾ, ਕੰਮ ਨਹੀਂ, ਇਹ ਢੋਲਕੀ ਵਜਾਉਣ ਦਾ ਕੰਮ ਕਰਦੇ ਸੀ। ਉਹ ਵੀ ਕਦੀ ਕਦੇ ਕਦੇ ਉਹ ਪੀਰਾਂ ਦੀ ਜਗ੍ਹਾ 'ਤੇ ਜਾ ਕੇ ਵਜਾ ਆਏ ਵੀਰਵਾਰ ਹੋ ਗਿਆ। ਕਰਦੇ ਸੀ, ਬਾਕੀ ਉਹ ਪ੍ਰੋਪਰ ਨਹੀਂ। ਬੱਚਾ ਕਿੰਨੇ ਸਾਲਾਂ ਦਾ? ਬੱਚੇ ਲੜਕਾ ਇੱਕੋ ਇਹਨਾਂ ਦਾ? ਇੱਕ ਲੜਕਾ ਸੀ? ਕਿੰਨੇ ਸਾਲਾਂ ਦਾ? ਉਹ ਕੋਈ ਹੈ ਸਰ 15-16 ਸਾਲ ਦਾ। 15-16 ਸਾਲਾਂ ਦਾ? ਹਾਂਜੀ। ਨਹੀਂ ਸਰ, ਕੋਈ ਨਹੀਂ ਸੀ, ਇਹੀ ਹੋਸਪਿਟਲ ਸਾਰੇ ਸਿਰਫ ਜਵਾਕ ਸੀਗੇ ਤੇ ਸਾਡੀ ਨੂੰਹ ਸੀਗੀ, ਉਹ ਵਿਚਾਰੀ ਬੱਚਿਆਂ ਨੂੰ, ਸਾਡਾ ਇੱਕ ਛੋਟਾ ਜਵਾਕ ਆ ਉਹਦੇ ਕੰਬੀ ਜਾਂਦਾ, ਅੰਕਲ ਆ ਗਿਆ ਛੁਰੀ ਲੈ ਕੇ ਆ ਗਿਆ, ਉਹ ਉਹਨੂੰ ਸੰਭਾਲਦੀ ਆਪਣੇ ਉਹ ਪੇਕੇ ਚਲੀ ਗਿਆ ਨਾਲ। ਕਦੀ ਕਦੇ ਹੀ ਅਪਲੀ ਟਪਲੀ ਮਾਰਦਾ ਸੀ, ਬਾਕੀ ਇਹੋ ਜਿਹਾ ਕੋਈ ਜ਼ਿਆਦਾ ਵੀ ਨਹੀਂ ਸੀ, ਹੈ ਵੀ ਸੀ ਨਹੀਂ ਵੀ ਸੀ ਮਤਲਬ। ਠੀਕ, ਇਹ ਆਪਣਾ ਕੰਮ ਕੋਈ ਕਰਦਾ ਨਹੀਂ ਸੀ, ਵਿਹਲਾ ਸੀ, ਨਸ਼ੇ ਕਰਦਾ ਸੀ। ਇਹ ਮੇਰੀ ਸਿਸਟਰ ਨੂੰ ਇਹਨੇ ਪਹਿਲੇ ਸਵੇਰੇ ਉੱਠ ਕੇ ਛੁਰੀਆਂ ਛੁਰੀਆਂ ਮਾਰੀਆਂ, ਅਤੇ ਭਨੇਵੇਂ ਨੂੰ ਵੀ ਇਹਨੇ ਮਤਲਬ ਕਿ ਆਪਣਾ ਛੁਰੀਆਂ ਮਾਰੀਆਂ, ਅਤੇ ਉਸ ਤੋਂ ਬਾਅਦ ਮੈਂ ਮੰਡੀ ਗਿਆ ਸੀ, ਮੈਂ ਫਰੂਟ ਦਾ ਕੰਮ ਕਰਦਾ ਵਾਂ, ਅਤੇ ਮੈਨੂੰ ਗੁਆਂਢੀਆਂ ਨੇ ਫੋਨ ਕੀਤਾ ਕਿ ਇਸ ਤਰ੍ਹਾਂ ਕੰਮ ਹੋ ਗਿਆ ਵਾ, ਅਤੇ ਮੈਂ ਉਸੇ ਵੇਲੇ ਕੰਮ ਛੱਡ ਕੇ ਅਤੇ ਆਪਣਾ ਆ ਗਿਆ। ਅਤੇ ਕੀ ਵੇਖਿਆ?
ਮੈਂ ਖੁਦ ਕਿੰਨਾ ਸਮਾਂ ਹੋਇਆ ਵਿਆਹ ਹੋਇਆ? ਵਿਆਹ ਨੂੰ ਦੇਖੋ ਜੀ 30 ਸਾਲ ਹੋ ਗਏ ਨੇ। 30 ਸਾਲ? ਹਾਂਜੀ। ਅਤੇ ਮਹੱਲੇ ਵਾਲਿਆਂ ਦੇ ਦੱਸਣ ਦੇ ਮੁਤਾਬਕ ਇਹ ਬੰਦਾ ਮੈਂਟਲੀ ਅਪਸੈਟ ਸੀਗਾ। ਅੱਜ ਸਵੇਰੇ 4 ਵਜੇ ਇਹਨੇ ਆਪਣੇ ਘਰ ਵਾਲੀ ਨੂੰ ਸੱਟਾਂ ਲਾਈਆਂ ਅਤੇ ਆਪਣੇ ਬੇਟੀ ਨੂੰ ਸੱਟਾਂ ਲਾਈਆਂ। ਉਹ ਗੁਰੂ ਨਾਨਕ ਦੇ ਹਸਪਤਾਲ ਦਾਖਲ। ਬਾਅਦ 'ਚ ਆਪਣੇ ਘਰ ਦੇ ਅੰਦਰ ਹੀ ਵੜ ਕੇ ਇਹਨੇ ਅਤੇ ਆਪਣੇ ਕਮਰੇ ਨੂੰ ਅੱਗ ਲਾ ਲਈ ਅਤੇ ਕਮਰੇ 'ਤੇ ਅੱਗ ਲੱਗਣ ਕਰਕੇ ਅਤੇ ਸਾਹ ਘੁੱਟਣ ਕਰਕੇ ਅਤੇ ਜਲਣ ਕਰਕੇ ਦੀ ਮੌਤ ਹੋ ਗਈ। ਸਰ ਕੀ ਨਾਮ ਸੀ, ਕਿੰਨੀ ਉਮਰ ਸੀ ਸਰ ਇਹਦੀ? ਇਹ ਐਂ ਹੈ ਜੀ, 2 ਮਿੰਟ ਥੋੜ੍ਹੀ ਜਿਹੀ ਵੇਟ ਕਰ ਲਓ, ਮੈਂ ਤੁਹਾਨੂੰ ਦੱਸਦਾ ਨਾਮ। ਜਲਦੀ ਪੈਂਦੀ। ਜ਼ਖਮੀ ਕਿੰਨੇ ਨੇ ਸਰ? 2 ਨੇ। ਉਹਨਾਂ ਦੀ ਕੀ ਕੰਡੀਸ਼ਨ? ਉਹ ਠੀਕ ਹੈ ਜੀ, ਉਹਨਾਂ ਦਾ ਪ੍ਰੈਸ਼ਨ ਹੋ ਗਿਆ ਅਤੇ ਉਹ ਠੀਕ ਨੇ। ਜ਼ਖਮੀ ਕਿਹਦੇ ਨਾਲ ਕੀਤਾ ਸਰ? ਕੋਈ ਇਹ ਪਤਾ ਕਰਦੇ ਹਾਂ ਜੀ। ਇਹ ਜਿਹੜਾ ਆਏ ਹੈ ਇਹ ਬਿਮਾਰ ਸੀਗਾ ਅੰਦਰ। ਇਹ ਜਿਹੜਾ ਨਾਮ ਆ ਅਨਿਲ ਕੁਮਾਰ ਹੈ, ਸਨ ਆਫ ਵਿਸ਼ਵਾਮਿੱਤਰ। ਇੱਥੇ ਕੋਟਲਾ ਬਸਤੀ ਰਹਿੰਦੇ ਨੇ, ਮੁਸਤਾਬਾਦ ਵਿੱਚ ਰਹਿੰਦੇ ਨੇ। ਅਤੇ ਹੁਣ ਪੁਲਿਸ ਵੱਲੋਂ ਕੀ ਕਾਰਵਾਈ? ਪੁਲਿਸ ਵਾਲਿਆਂ ਦੀ ਇਹਦੇ ਵਾਰਸੇ ਦੇ ਇੱਥੇ ਨਹੀਂ ਕਿ ਇਹ ਸਾਲਾ ਸਾਹਿਬ ਆਇਆ ਵਾ। ਇਹਨੇ ਦੱਸਣ ਮੁਤਾਬਕ ਅਤੇ ਮਹੱਲੇ ਵਾਲਿਆਂ ਦੱਸਣ ਮੁਤਾਬਕ ਇਹਨੇ ਆਪਣੇ ਆਪ ਨੂੰ ਅੱਗ ਲਾ ਕੇ ਸੁਸਾਈਡ ਕੀਤੀ। ਸਰ ਤੁਹਾਨੂੰ ਕਿੰਨੇ ਵਜੇ ਇਨਫੋਰਮੇਸ਼ਨ ਮਿਲੀ? ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਹੈ 1 ਘੰਟਾ ਪਹਿਲਾਂ ਉਦੋਂ ਅਸੀਂ ਆ ਗਏ। ਹੁਣ ਕੀ ਕਾਰਵਾਈ ਕੀਤੀ? ਹੁਣ ਜੀ ਜੋ ਕਾਰਵਾਈ ਉਹ ਬਿਆਨ ਲਿਖਾਉਣਗੇ ਘਰ ਵਾਲੇ, ਉਸੇ ਮੁਤਾਬਕ ਕਾਰਵਾਈ ਅੰਬਰਸ਼ਨ ਇਹ ਆਪਣਾ ਹੀ ਕਰਕੇ ਕਿਰਾਏਦਾਰ ਇਹ ਕਿਰਾਏਦਾਰੀ ਠੀਕ ਕਰਾਏ ਠੀਕ।